नाजरी इस किस्म का अच्छा व्यू अच्छा सीन आ गया तेरी तबीयत खुश हो जाएगी। घुमाओ जी जरा कैमरा ये देखो आए 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 बहुत लाओ जी आ सीन आ गया ये आखिरी सीन है आखिरी सीन समझते तुम ना नाजरी असं तेन सीन दिखाना से मस्कीन आ गया माफी चाहते आ जाओ कुकू कैसा लग रहा तेन ए मैक च दसना तेरा कुकू तो है जिमें पंज मोहली बकरी होंगी अच्छा पुत कुकू साहब कहना मेरी सेहत नहीं बनी तो कि बननी चाहिए की खाना है ठुडे खाया कर अस्सलाम वालेकुम नाजरीन अज असी निकले हैं मैं कुकू ते राजा की निकले की मंगन निकले हैं ओ नहीं नहीं नाजरीन तुम एक होर शायद दिखाना जरा देखो ए देखो नाजरीन ना शायद देखो जरा अच्छा जड़ी देखी तेनू भाई सोनी तेनू काम दसना चाहंदे ब्लॉग किदा बनाईदा भाई सोनी नु दसो जरा अच्छा नाजरीन ब्लॉग बनाउन निकले हैं ते राजा ते कुकू ये कह रहे सानू दसना ब्लॉग किदा बनाउणा पर पहले मैं तुम्हें बतखा दिखावा जरा ओ दिखा ला भाई जरूरी आ जा ओ दिखा ला ए देखो नाजरीन बतखा देख रहे हो आ विच एक चूहा भी आ गया डड मच्छी भी ते नाल ओ सियाणे कहंदे ने चूहा किसी का ना हुआ अनार राजे है जी राजा जी हाँ जी हाँ जी तुहानू व्लॉग दा तरीका दसांगे भाई सोनी मैनू अज तुसीं दसणा वा कि व्लॉग किस तरह बनाई दा शाबाश बेटे व्लॉग बनाउण वास्ते ना तुसीं दो मिस्त्री लैणे इक मजदूर लैणा 400 इट लैणी 8 बोरियां सीमेंट दीआं 10 फुट रेत 15 फुट बजरी लैणी टोया कढ़णा 20 फुट डूंघा 20 फुट डूंघा टोया कढ के आप विच छाल मार देणी ते वड्डे भरा नूं कहणा जो सीमेंट बजरी मिस्त्री सारे मेरे उत्ते पा दे चलिए खूबसूरत वाइट दी होंदियां और लाल रंग दी होंदियां ओए होंदियां लाल रंग दी ओए होंदियां लाल रंग दी बतखा नहीं होंदियां उल्लू हुंदे आ देखो बगैर तुसी व्लॉग बनाउणा ते तुसी इक मंजी लैणी है बगैर वाण तो ओ भाजी व्लॉग दे तरन पई आ ਮੰਜੀ ਤੇ ਪਾ ਕੇ ਵੀ ਉਹ ਕੱਢਣੀ ਆ ਅੱਛਾ ਜੀ ਇੱਕ ਤੇ ਆ ਨਕਾਮੀ ਇਹਨਾਂ ਦੀ ਪਤਾ ਕੀ ਹੈ ਕਿਸੇ ਦੀ ਸੀਨੀਅਰ ਦੀ ਗੱਲ ਨਹੀਂ ਸੁਣਨੀ ਅੱਗੇ ਲੁੱਤਰੋ ਚਲਾਈ ਜਾਣੀ ਹੁਣ ਪੂਰੀ ਬੱਚਾ ਕਲਬ ਲਾਈ ਆ ਕਾਹਦਾ ਆ ਚਿੱਟੇ ਉਹ ਕਲਬ ਤੇ ਸੀਨੀਅਰ ਨਾਜ਼ਰੀ ਚਿੱਟਿਆਂ ਨਾਲ ਹੁੰਦਾ ਹੁਣ ਕਾਲਿਆਂ ਨਾਲ ਤਾਂ ਹੁੰਦਾ ਕੋਈ ਤੁਸੀਂ ਦੱਸੋ ਜਿਹੜਾ ਬੱਚਾ ਨਵਾਂ ਆਇਆ ਵਾ ਉਹਨੂੰ ਦੱਸੋ ਕੁੱਕੂ ਦਿੱਲੀ ਸਾਹਿਬ ਵੈਰੀ ਗੁੱਡ ਆਦਮੀ ਡੱਕਾ ਕੱਢਣ ਵਾਲੀ ਸੋਟੀ ਹੁੰਦੀ ਤੇ ਨਾਜ਼ਰੀ ਨਾ ਮੈਂ ਤੈਨੂੰ ਇੱਕ ਹੋਰ ਵੀ ਦਿਖਾ ਰਿਹਾ ਇੱਥੇ ਬਹੁਤ ਸਾਰੇ ਫਿਰ ਲਓ ਇੱਕ ਲਾ ਦੇਣਾ ਮੇਰਾ ਦੋਸਤ ਇੱਕ ਹੋਰ ਆ ਗਿਆ ਇੱਧਰ ਆ ਵੀ ਪਿੱਛੇ ਦੂਣੀ ਦਾ ਪਹਾੜਾ ਕਹਿੰਦਾ ਹੁੰਦਾ ਤੂੰ ਕੀ ਹਾਲ ਚਾਲ ਹੈ ਦੋਸਤ ਆ ਮਾਈਕ ਦੋਈ ਜਰਾ ਇਹਨਾਂ ਨੂੰ ਉਹ ਭਰਾਵਾ ਤੇ ਲਾ ਲਾ ਤੂੰ ਡੈਵੋ ਚ ਬੈਠਾ ਆਪਣੇ ਬੁਖਾਰ ਚੈੱਕ ਕਰੀ ਜਾਂਦਾ ਯਾਰ ਤੂੰ ਕੀ ਨਾਂ ਤੇਰਾ ਕੀ ਆ ਜਾਨੂ ਮਲੰਗ ਜਾਨੂ ਮਲੰਗ ਨਾਜ਼ਰੀ ਨੇ ਆਖਿਆ ਜਾਨੂ ਮਲੰਗ ਤੇ ਸੇ ਤੋਂ ਹੱਥ ਤੰਗ ਹਾਂ ਰੋਟੀ ਤੋਂ ਵੀ ਤੰਗ ਤੇ ਭਾਈ ਮੈਂ ਤਾਂ ਤੇ ਤੰਗ ਮੈਂ ਤਾਂ ਵੀ ਤੰਗ ਹਾਂ ਅੱਛਾ ਟੋਬੇ ਰਹਿਣਾ ਕਿ ਝੰਗ कान ਵਾਲੀ ਆਹੋ ਕਮੀਜ਼ ਤੇਰੀ ਕਾਲੀ ਤੇ ਕੰਚ ਪਾਈ ਵਾਲੀ ਨਾਜ਼ਰੀਨ ਵਿਜ਼ਿਟ ਕਰਦੇ ਆ ਆ ਜਾ ਯਾਰ ਆ ਜਾ ਲੇਕਿਨ ਨਾਜ਼ਰੀਨ ਇੱਕ ਵਾਰੀ ਫੇਮ ਤੈਨੂੰ ਬਤਖਾਂ ਦਿਖਾ ਰਹੀ ਆ ਮੇਰਾ ਬੜਾ ਦਿਲ ਖੁਸ਼ ਹੋ ਰਿਹਾ ਦੇਖ ਕਮੇਟੀ ਬਾਈ ਆ ਇਹਨਾਂ ਨਾਲ ਯਾਰ ਸੋਹਣੀ ਘੜੀ ਮੁੜੀ ਪਰਤਾ ਉਹ ਵਾਸੀ ਲੈਣ ਦੀ ਭਾਜੀ ਬਤਖਾਂ ਨਾ ਦਿਖਾਓ ਬੰਗਲਾ ਦਿਖਾਓ ਇੱਧਰ ਓਏ 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 ਬਕਵਾਸ ਬੰਦ ਕਰ ਤੂੰ ਬਲੌਗ ਸਿੱਖ ਤੈਨੂੰ ਨਹੀਂ ਸਿੱਖਣਾ ਆਉਂਦਾ ਹਜੇ ਬਲੌਗ ਮੈਨੂੰ ਕਾਗਜ਼ ਤੇ ਲਿਖ ਦਿਓ ਬਲੌਗ ਕਿੱਥੇ ਲੱਗੋ ਦੀ ਕਾਗਜ਼ ਤੇ ਲਿਖੀਦਾ ਭਾਜੀ ਭਾਜੀ ਨੂੰ ਪੁੱਛ ਜਿਨ੍ਹਾਂ ਨੇ 12 ਸਾਲ ਕੱਢਿਆ ਇੱਕ ਜਗ੍ਹਾ ਤੂੰ ਤਾਂ ਸਾਡਾ 5 ਮਿੰਟ ਨਹੀਂ ਕੱਢਣ ਡਿਆ ਭਾਜੀ ਨੇ ਤੈਨੂੰ ਫੌਰੀ ਦੱਸ ਦੇਣਾ ਵੀ ਐਡਾ ਲੰਮਾ ਵਲੌਗ ਪਾ ਦੇ ਅੱਛਾ ਭਾਜੀ ਕੀ ਚਾਹੀਦਾ ਵਾ ਵਲੌਗ ਲਈ ਭਾਜੀ ਵਲੌਗ ਵਾ ਇੱਧਰ ਆਓ ਜਰਾ ਮੈਂ ਦੱਸਿਆ ਜੀ ਮੇਰੀ ਗੱਲ ਨਹੀਂ ਮੰਨਦੇ ਪਏ ਵਲੌਗ ਵਾਸਤੇ ਸਸਤਾ ਤਰੀਕਾ ਇਹਨੂੰ ਆਸਾਨ ਤਰੀਕਾ ਘਰੋਂ ਤੁਸੀਂ ਨਿਕਲਣਾ 2:15 ਵਜੇ ਨਿਕਲਿਆ 2:30 ਵਜੇ ਤੁਸੀਂ ਪਹੁੰਚਣਾ ਮਕਾਮ ਵਾਲੀ ਜਗ੍ਹਾ ਤੇ ਠੀਕ ਹੈ ਜਿੱਥੇ ਤੁਸੀਂ ਵਲੌਗ ਕਰਨਾ ਉਹ ਤਾਂ ਤੁਸੀਂ 31 ਬੈਠਕਾਂ ਲਾਉਣੀਆਂ ਵਾ ਚਲੋ ਓ ਯਾਰ ਭਾਈ ਸੋਹਣੀ ਇਹ ਕਿਹੜਾ ਵਲੌਗ ਆ 31 ਬੈਠਕਾਂ ਦੱਸੋ
बत्ती बैठक ला लियो जे बत्ती गई हुई फिर हाँ ए देखो ना हम कुकू साहब ने बड़ा वाला सवाल किया वा बेशुमारियां कैसी गल है यार वे तो कितने आ गई जी आ ਤੁਸੀਂ ਦੱਸੋ ਭਾਜੀ ਉਹ ਤੈਨੂੰ ਕੀ ਦੱਸੋ ਉਹ ਤੇਰੇ ਲਈ ਕਹਿ ਰਿਹਾ ਵਾ ਮੇਰੇ ਲਈ ਕਹਿਣ ਡਿਆ ਕਿਹੜਾ ਦਵਾਈ ਹੈ ਮੇਰੇ ਲਈ ਕਹਿਣ ਡਿਆ ਬੁੱਲਾਂ ਥੱਲੇ ਮੱਖੀ ਬੈਠੀ ਹੈ ਤੇਰੇ ਕੀ ਆ ਨਾਜ਼ਰੀਨ ਤੁਹਾਨੂੰ ਇੱਕ ਵਿਊ ਦਿਖਾਉਂਦੇ ਆਂ ਜਰਾ ਇਹ ਦੇਖਿਓ ਇਹ ਐ ਪੂਰਾ ਜੀਲ ਸੈਫਲ ਮਲੂਕ ਵਾਓ ਓਹੋ ਭਾਜੀ ਨਾਜ਼ਰੀਨ ਬਣਿਆ ਵਾ ਮੇਰੇ ਖਲੋਣ ਨਾਲ ਹਨਾ ਇਸ ਜੀਲ ਦੀ ਗਹਿਰਾਈ ਇੰਨੀ ਆ ਕਿ ਤੁਸੀਂ ਪੈਰਾਂ ਭਰ ਵੀ ਬਹਿ ਜਾਓ ਤੇ ਕੋਈ ਰੌਲਾ ਨਹੀਂ ਇਹਨਾਂ ਕਿ ਬਹੁਤ ਗਹਿਰੀ ਆ ਕਸ਼ਤੀ 'ਚ ਮੈਂ ਕਹਿ ਰਿਹਾ ਵੈਸੇ ਦੀ ਇੰਨੀ ਗਹਿਰਾਈ ਆ ਕਿ ਤੁਸੀਂ ਇਹਦੇ 'ਚ ਜੰਪ ਮਾਰੋਗੇ ਤੇ ਜੰਪ ਨਹੀਂ ਵੱਜੇਗਾ ਯਾਰ ਇਦਾਂ ਨੂੰ ਮੂੰਹ ਕਰ ਲਾ ਸਾਰਾ ਰਿਜ਼ਲਟ ਖਰਾਬ ਹੋ ਗਿਆ ਤੇਰੀ ਮਿਹਰਬਾਨੀ ਰਾਜਾ ਜੀ ਤੁਸੀਂ ਇੱਧਰ ਨੂੰ ਤਿਆਓ ਜਰਾ ਤੁਸੀਂ ਕੈਮਰੇ 'ਚ ਨਹੀਂ ਆ ਰਹੇ ਇੱਥੇ ਆ ਅਸਲ 'ਚ ਪਤਾ ਕੀ ਗੱਲ ਆ ਭਾਵੇਂ ਇਹਦੀ ਗਹਿਰਾਈ ਭਲਾ ਕਿਉਂ ਦੱਸਦੇ ਨੇ ਕਿਉਂ ਦੱਸਦੇ ਨੇ ਇੱਥੇ ਨਿੱਕੇ ਹੁੰਦੇ ਨਹਾਉਂਦੇ ਰਹੇ ਇਹਨਾਂ ਨੂੰ ਤਦ ਪਤਾ ਨਹੀਂ ਤਾਂ ਉਦਾਂ ਨਹੀਂ ਸੀ ਪਤਾ ਨਾਜ਼ਰੀਨ ਅੱਜ ਸੱਚ ਗੱਲ ਕੀਤੀ ਅਸੀਂ ਨਹਾਉਂਦੇ ਰਹੇ ਹਾਂ ਆ ਨਹੀਂ ਨਹਾਉਂਦਾ ਰਿਹਾ ਅਗਰ ਨਹਾਉਂਦਾ ਹੁੰਦਾ ਯਕੀਨ ਕਰੋ ਭੋਰਾ ਫਰਕ ਤੇ ਪਿਆ ਹੁੰਦਾ ਇਹ ਜਦੋਂ ਵੀ ਨਹਾਤੇ ਆ ਫੁੱਲ ਕੇ ਹੀ ਨਿਕਲੇ ਜਾਂਦੇ ਇਹ ਦੇਖੋ ਜ਼ਰਾ ਇਹ ਅਨਮੂ ਕਰਿਓ ਸਿੰਗਲ ਵਿਕਟ ਅਰਗਾ ਮੂੰਹ ਹੋ ਗਿਆ ਰਾਈਟ ਬਲੌਗ ਬਣਾ ਲਓ ਯਾਰ ਫਿਰ ਲਾਈਟ ਚੱਲ ਜਾਣੀ ਆ ਪਾਇਨ ਉਹ ਨਹੀਂ ਰਹਿਣਾ ਫੋਕਸ ਯਾਰ ਭਾਜੀ ਆ ਮੂੰਹ ਤੇ ਲਾਈਟ ਕਿਹੜਾ ਕੰਮ ਕਰਨ ਡਈ ਆ ਕੁੱਕੂ ਜੀ ਤੁਹਾਡਾ ਬੁੱਗਾ ਇਸ ਕਿਸਮ ਦਾ ਬਣਿਆ ਕਿ ਸਟੇਡੀਅਮ ਵਾਲੇ ਵੀ ਲਾਈਟ ਲੱਗੇ ਨਾ ਤੇ ਕੱਖ ਨਾ ਲੱਗੇ ਹਾਂ ਹਾਂ ਆਓ ਚੱਲੀਏ ਜਰਾ ਆਓ ਜੀ ਆ ਜਾਓ ਵਾ ਅੰਡਾ ਫਰਾਈ ਕਰਕੇ ਉੱਤੇ ਲੀਕਾਂ ਮਾਰੀਆਂ ਹੁੰਦੀਆਂ ਅਸੀਂ ਕੀ ਗੱਲ ਕਰਨ ਨੇ ਆ ਤੁਹਾਨੂੰ ਰਾਜਾ ਅੱਗੇ ਵੀ ਮਰਨ ਡਏ ਆ ਦੇਖੋ ਨਾ ਬੋਲੀ ਜਾਣ ਡਿਆ ਵਾ ਬੋਲੀ ਜਾਣ ਡਿਆ ਤੈਨੂੰ ਗੱਲ ਹੀ ਨਹੀਂ ਆਉਣ ਡਈ ਉਹ ਗੱਲ ਤੈਨੂੰ ਬੜੀ ਕਿਤੇ ਆਉਣ ਡਈ ਆ ਕੰਮ ਸਿੱਖੀਦਾ ਹੁੰਦਾ ਵੱਡੇ ਦੱਸ ਰਹੇ ਨੇ ਹੁੰਦਾ ਫਿਰ ਮੋਬਾਈਲ ਮੈਂ ਫੜ ਲੈਣਾ ਤੂੰ ਸਿੱਖ ਲੈ ਕੰਮ ਬਣ ਲੈਣਾ ਸੋਹਣੀ ਤੇਰੀ ਸਾਰੀ ਜ਼ਿੰਦਗੀ ਤੇਰੀ ਇੱਦਾਂ ਹੀ ਸੋਹਣੀ ਲੰਘ ਜਾਣੀ ਆ ਸ਼ਾਬਾਸ਼ ਵੀ ਮੇਰੀ ਇੱਦਾਂ ਹੀ ਲੰਘਣੀ ਹੋਈ ਜਿੱਦਾਂ ਡੈਵੋ ਲੰਘਦੀ ਉਦਾਂ ਲੰਘੇ ਬਲੌਗ ਸਿਖਾ ਦੇ ਮੁੰਡੇ ਨੂੰ ਬਲੌਗ ਸਿਖਾ ਦਈਏ ਲੈ ਬੇਟੇ ਜੋਗਰ ਲੈਣਾ ਚਿੱਟੇ ਰੰਗ ਦੇ ਬਲੌਗ ਨਹੀਂ ਸਿੱਖਣਾ ਇਹ ਬਲੌਗ ਦਦਾਉਣਾ ਵਾ ਇਹਨੇ ਹੈ ਰਾਜਾ ਜੀ ਤੁਹਾਨੂੰ ਵਲੌਗ ਸਿਖਾਉਂਦੇ ਆ ਲੇਕਿਨ ਲੇਕਿਨ ਇਹਨੂੰ ਹੱਥ ਪਾਓ ਜ਼ਰਾ ਪਹਿਲੇ ਇਹ ਤੋਂ ਫੜੋ ਫੜ ਲਿਆ ਲਓ ਜੀ ਨਾਜ਼ਰੀਨ ਰਾਜਾ ਵਲੌਗ ਬਣਾਏਗਾ ਕਰੋ ਗੱਲ ਜ਼ਰਾ ਕੁੱਕੂ ਨੂੰ ਇੱਕ ਜੁਗਤ ਕਰੋ ਹਾਂਜੀ ਨਾਜ਼ਰੀਨ ਦੇਖੋ ਭਾਈ ਕੁੱਕੂ ਦਾ ਕੈਸਾ ਸੰਨੀ ਅਰਗਾ ਮੂੰਹ ਆ ਇਹ ਦੇਖੋ ਜ਼ਰਾ ਓਏ ਵਲੌਗ ਬਣਾ ਤੂੰ ਜੁਗਤਾਂ ਕਰੀ ਜਾਣ ਡਿਆ ਮੈਂ ਰਾਜਾ ਨੂੰ ਭਾਜੀ ਵਲੌਗ ਇਹੀ ਆ ਅਗੌਰ ਨਾ ਦੇਖੋ ਕੁੱਕੂ ਸਾਹਿਬ ਦਾ ਕੈਸਾ ਚਾਹ ਪਾਉਣੀ ਅਰਗਾ ਮੂੰਹ ਇਹ ਦੱਸੀਦਾ ਹੁੰਦਾ ਰਾਜੇ ਵੀ ਅਸਲਾਮ ਅਲੈਕੁਮ ਨਾਜ਼ਰੀਨ ਮੈਂ ਤੇ ਬਾਨ ਸੋਹਣੀ ਤੇ ਰਾਜਾ ਅਸਲਾਮ ਅਲੈਕੁਮ ਨਾਜ਼ਰੀਨ ਓਏ ਪਹਿਲਾਂ ਸੁਣ ਲਾ ਓਏ ਯਾਰ ਇੱਕ ਤਾਂ ਫਾਸਟ ਬਹੁਤ ਆ ਭਾਈ ਸੋਹਣੀ ਓਏ ਕੁੱਕੂ ਸਾਹਿਬ ਦਾ ਤਜਰਬਾ ਵਾ ਉਹਨਾਂ ਦੀ ਗੱਲ ਮੰਨਿਆ ਕਰ ਖੁਦਾ ਦੇ ਬੰਦੇ ਸਿਆਣੇ ਬੰਦੇ ਦੀ ਮੰਨਿਆ ਕਰ ਮੁੜ ਕੇ ਤੂੰ ਲੱਭਣਾ ਮੈਂ ਹਫਤੇ ਦੋ ਹਫਤੇ ਬਾਅਦ ਹਾਂ ਭਾਈ ਉਹ ਜਾਣਾ ਨਹੀਂ ਆਪਾਂ ਆਊਟ ਹਾਂ ਜਾਣਾ ਜਾਣਾ ਸ਼ੂਟ ਕਰਨ ਜਾ ਹਾਂਜੀ ਨਾਜ਼ਰੀਨ ਅਸੀਂ ਸੋਨੀ ਆਫੀਸ਼ੀਅਲ ਦੇ ਉੱਤੇ ਅੱਜ ਸ਼ੋਅ ਚੜ ਰਹੇ ਹਾਂ ਤੇ ਕਰ ਰਹੇ ਹਾਂ ਤੁਹਾਡੇ ਨਾਲ ਤੇ ਸ਼ੋਅ ਨੂੰ ਤੁਸੀਂ ਲਾਈਕ ਵੀ ਕਰਨਾ ਤੇ ਸ਼ੇਅਰ ਵੀ ਕਰਨਾ ਤੇ ਵਲੌਗ ਨੂੰ ਮੈਂ ਸਿਖਾ ਰਿਹਾ ਚੱਲ ਰਾਜਾ ਹਾਂਜੀ ਹਰ ਵਲੌਗ ਹਰ ਆਪਣਾ ਵਲੌਗ ਤੁਹਾਡਾ ਬੜਾ ਤਲੌਕ ਰਗਾ ਮੂੰਹ ਤੁਸੀਂ ਭਾਈ ਨਾ ਤੁਹਾਨੂੰ ਸਪੈਸ਼ਲੀ ਸ਼ੋਅ ਵੀ ਮਿਲਣਗੇ ਅੱਛੇ ਅੱਛੇ ਆਈਡੀਏ ਮਿਲਣਗੇ ਅੱਛੇ ਅੱਛੇ ਆਈਡੀਏ ਕਰਕੇ ਦਿਖਾਵਾਂਗੇ ਤੁਸੀਂ ਵੀ ਸਾਨੂੰ ਦੇਣੇ ਆ ਸੋਨੀ ਆਫੀਸ਼ੀਅਲ ਦੇ ਉੱਤੇ ਉਹਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਘੰਟੀ ਵੰਡੀ ਟੀ 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 ਸੋਨੀ ਆਫੀਸ਼ੀਅਲ ਹੁਣ ਇਹ ਤੁਹਾਨੂੰ ਦੱਸਣਗੇ ਵਲੌਗ ਜੀ ਭਾਜੀ ਸਾਡੇ ਚੈਨਲ ਉੱਤੇ ਆਓਗੇ ਤੇ ਤੁਹਾਨੂੰ ਸਾਡੇ ਚੈਨਲ ਉੱਤੇ ਆਉਂਦਿਆਂ ਸਾਰ ਇਦਾਂ ਦੀ ਘੰਟੀ ਮਿਲੇਗੀ ਤੁਹਾਨੂੰ ਐਂ ਕਰਕੇ ਟਰਨ ਕਰਨਾ ਤੇ ਫੌਰੀ ਓਏ ਸਕੂਲ ਦੀ ਘੰਟੀ ਹੁੰਦੀ ਆ ਰਾਜੇ ਮੇਰੀ ਹੋਰ ਘੰਟੀ ਆ ਦੇਖ ਤਾਂ ਸਹੀ ਬਿਊਟੀ ਕਿੱਦਾਂ ਫੁੱਲੀ ਪਈ ਆ ਇਹ ਫੁੱਲੀ ਨਹੀਂ ਭਾਜੀ ਇਹ ਉੱਲੀ ਪਈ ਆ ਨਾਜ਼ਰੀਨ ਕੁੱਕੂ ਸਾਹਿਬ ਵੈਰੀ ਗੁੱਡ ਡਾਕਟਰ ਨੇ ਅਸੀਂ ਉਹਨਾਂ ਤੋਂ ਬਹੁਤ ਕੁਝ ਸਿੱਖ ਰਹੇ ਹਾਂ ਯਕੀਨ ਕਰੋ ਐਂ ਨੁੱਕਰ 'ਚ ਬਾਲਣ ਪਿਆ ਹੁੰਦਾ ਆਓ ਭਾਈ ਜਾਨ ਬਿਲਕੁਲ ਨਾਜ਼ਰੀਨ ਸਹੀ ਕਹਿ ਰਹੇ ਸੋਨੀ ਭਾਈ ਨੁੱਕਰ 'ਚ ਬਾਲਣ ਪਿਆ ਹਾਂ ਕਿਉਂਕਿ ਦੇਖੋ ਤੁਹਾਨੂੰ ਪਤਾ ਮੈਂ ਸਿੱਧਾ ਜਿਹਾ ਆਦਮੀ ਹਾਂ ਸਿੱਧਾ ਕੀ ਇਸਤਰੀ ਕੀਤਾ ਤੁਹਾਨੂੰ ਔਰ ਤੁਹਾਨੂੰ ਇੱਕ ਗੱਲ ਦਾ ਹੋਰ ਬੜਾ ਮਜ਼ਾ ਆਏਗਾ ਗੌਰ ਨਾਲ ਦੇਖੋ ਐਂ ਕੁੱਤੇ ਦੀਆਂ ਪੈਦਾਂ ਢਿੱਲੀਆਂ ਹੋਈਆਂ ਕਿਉਂਕਿ ਦੇਖੋ ਇਹ ਵਲੌਗ ਚੱਲ ਰਿਹਾ ਵਾ ਲੇਕਿਨ ਕੁੱਕੂ ਸਾਹਿਬ ਵੈਰੀ ਗੁੱਡ ਆਦਮੀ ਹੋਇਆ ਲੇਕਿਨ ਨਾਜ਼ਰੀ ਨੇ ਇੱਕ ਹੋਰ ਮਜ਼ਾ ਲੈਣਾ ਰਾਜ ਦੀ ਜ਼ਰਾ ਜ਼ੁਲਫਲ ਤੁਸੀਂ ਗੌਰ ਕੀਤੀ ਨਾਜ਼ਰੀ ਸਹੀ ਲੱਗਣਾ ਸਹੀ ਨਹੀਂ ਲੱਗ ਰਹੀ ਐਂ ਲੱਗਦਾ ਜੁੱਤੀ ਨਾਲ ਸਿਰ ਪਾਇਆ ਤੇਰਾ ਭਲਾ ਹੋ ਜਾ ਓਏ ਅੱਗੇ ਗੁੱਸਾ ਕੱਟਿਆ ਹੁੰਦਾ ਉਹ ਭਾਈ ਕਿੱਧਰ ਨੂੰ ਤੁਰ ਪਿਆ ਏ ਪਿੱਛੋਂ ਜਰਾ ਪੁੱਠੀ ਕੀਤੀ ਹੁੰਦੀ ਰਾਜਾ ਜੀ ਜ਼ਰਾ ਇਹ ਵਿਊ ਵੀ ਦਿਖਾਓ ਸਾਡੀ ਆਵਾਮ ਨੂੰ ਦਿਖਾਓ ਨਾ ਇਸ ਕਿਸਮ ਦਾ ਅੱਛਾ ਵਿਊ ਅੱਛਾ ਸੀਨ ਆ ਗਿਆ ਤੁਹਾਡੀ ਤਬੀਅਤ ਖੁਸ਼ ਹੋ ਜਾਏਗੀ ਘੁਮਾਓ ਜੀ ਜਰਾ ਕੈਮਰਾ ਦੇਖੋ ਆਏ 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 ਲਓ ਜੀ ਆਹ ਸੀਨ ਆ ਗਿਆ ਇਹ ਆਖਰੀ ਸੀਨ ਆ ਆਖਰੀ ਸੀਨ ਸਮਝਦੇ ਤੁਸੀਂ ਨਾਲੇ ਨਾਜ਼ਰੀਨ ਅਸੀਂ ਤੁਹਾਨੂੰ ਸੀਨ ਦਿਖਾਉਣਾ ਸੀ ਅੱਗੇ ਮਸਕੀਨ ਆ ਗਿਆ ਮਾਫੀ ਚਾਹੁੰਦੇ ਆ ਜਾਓ ਆਓ ਜੀ ਆਓ ਨਾਜ਼ਰੀਨ ਤੁਹਾਨੂੰ ਦਿਖਾਉਂਦੇ ਆ ਹੋਰ ਵੀ ਚੀਜ਼ਾਂ ਦਿਖਾਉਂਦੇ ਆ ਜਿਹੜੀ ਜਗ੍ਹਾ ਤੇ ਅਸੀਂ ਹੋਰ ਵੀ ਚੀਜ਼ਾਂ ਦਿਖਾਉਂਦੇ ਆ ਦੇਖੋ ਇੱਕ ਹੁਣੀ ਚੀਜ਼ ਬਰਾਮਦ ਹੋਈ ਆ ਜੰਗਲ ਚੋਂ ਨਿਕਲੀ ਆ ਦੇਖੋ ਸਾਡੇ ਨਾਲ ਓਏ ਅੱਗੇ ਦਸਤਾਨਾ ਕੱਟਿਆ ਹੁੰਦਾ ਚੁੱਪ ਕਰ ਜਾ ਤੈਨੂੰ ਨਹੀਂ ਪਤਾ ਲੱਗ ਰਿਹਾ ਅਸੀਂ ਗੱਲ ਕਰਨਾ ਚਾਹੁੰਦੇ ਵੀ ਆ ਜਿਹੜੇ ਇੱਧਰ ਅਮਰੂਦ ਲੱਗੇ ਆ ਰਾਜਾ ਸਾਹਿਬ ਭਾਜੀ ਇੱਥੇ ਅਮਰੂਦ ਕੋਈ ਨਹੀਂ ਲੱਗਾ ਡੋਕੇ ਲੱਗੇ ਆ ਡੋਕੇ ਤੂੰ ਚੋਲਾ ਫਿਰ
ਚੋਲਾ ਫਿਰ ਹਾਂ ਚਿੱਟਾ ਚੋਲਾ ਡੋਕਾ ਚੋਲਾ ਹਾਂਜੀ ਚਿੱਕ ਤੁਸੀਂ ਕਿੱਧਰ ਫਰੀ ਜਾਂਦੇ ਹੋ ਭਾਜੀ ਟੂਟੀ ਤੇ ਲਾਓ ਕੀ ਗੱਲ ਹੋਈ ਕਿਤੇ ਸਰਕਾਰ ਨੇ ਦਿੱਤੀ ਲਾਉਣ ਹੀ ਨਹੀਂ ਆਹੋ ਆਪਣਾ ਬਲੱਡ ਆਪ ਹੀ ਚੈੱਕ ਕਰੀ ਜਾਂਦਾ ਅੱਛਾ ਭਾਜੀ ਕਰਾ ਕਰਾਂ ਅੱਛਾ ਇਹ ਮੇਰੀ ਗੱਲ ਸੁਣੋ ਜਾਨੂ ਮਲੰਗ ਸਾਹਿਬ ਹਾਂਜੀ ਭਾਜੀ ਇਹ ਕਿੰਨੇ ਚੱਕਰ ਲਾਉਂਦੇ ਆ ਡੇਲੀ ਦੇ ਇੱਥੇ ਮੈਂ ਘੰਟਾ ਲਾਉਂਦਾ ਤੇਰਾ ਵਾਇਰੰਗ ਖਰਾਬ ਆ ਇੱਕ ਘੰਟਾ ਇੱਕ ਘੰਟਾ ਮੇਰਾ ਟੋਰ ਕੇ ਵੇਖ ਲਿਆ ਨਾ ਟੁਰਾ ਦੇ ਯਾਰ ਤੇਰਾ ਪੱਖਾ ਖਰਾਬ ਆ ਇੱਕ ਘੰਟਾ ਚੱਕਰ ਲਾਉਂਦਾ ਅੱਛਾ ਤੁਸੀਂ ਡੇਲੀ ਇੱਕ ਘੰਟਾ ਫਿਰਦੇ ਹੋ ਹਾਂਜੀ ਭਾਈ ਪੱਕੀ ਗੱਲ ਪੱਕੀ ਗੱਲ ਅੱਛਾ ਕੀ ਫੀਲ ਕਰਦੇ ਹੋ ਪਾਰਕ ਦੇ ਗੇੜੇ ਲਾ ਕੇ ਫੀਲ ਕਰਦੇ ਆ ਬਾਪ ਦੀ ਸਿਹਤ ਬਣੇ ਅੱਛਾ ਜਾਨੂ ਸਾਹਿਬ ਤੁਹਾਡੀ ਏਜ ਕਿੰਨੀ ਹੈ ਹੈ ਏਜ ਕਿੰਨੀ ਨਾਪੀ ਨਹੀਂ ਕਿਸੇ ਸਾਹਿਬ ਓਏ ਉਹ ਨਹੀਂ 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 ਤੁਸੀਂ ਦੱਸੋ ਤੁਹਾਡੀ ਏਜ ਕਿੰਨੀ ਹੈ ਇਹ ਸਾਡੀ ਕੁਛ ਨਹੀਂ ਭਾਈ ਕਹਿੰਦਾ ਜੀ ਕੁਛ ਨਹੀਂ ਹੈਗੀ ਇਹਦਾ ਮਤਲਬ ਕਿ ਕੰਮ ਕਾਰ ਠੀਕ ਨਹੀਂ ਹੈਗੇ ਕੰਮ ਮੇਰਾ ਕੰਮ ਫਿੱਟ ਹੈ ਭਾਈ ਏਜ ਕਿੰਨੀ ਹੋ ਗਈ ਹੈ ਏਜ ਭਾਜੀ ਹਜੇ ਸਕੂਲੇ ਨਹੀਂ ਪਾਈ ਹੁਣ ਏਜ ਕਿੱਡੀ ਹੋ ਗਈ ਹੈ ਏਜ ਭਾਜੀ ਹੁਣ ਝੂਟੇ ਲੈਂਦੀ ਹੈ ਸਾਈਕਲ ਚਲਾਉਂਦੀ ਹੈ ਲਓ ਜੀ ਜਾਨੂ ਸਾਹਿਬ ਬੜੀ ਮਿਹਰਬਾਨੀ ਤੁਹਾਡੀ ਤੁਸੀਂ ਫਿਰੋ ਹਾਲੇ ਕਿਉਂਕਿ ਹਾਲੇ ਤਾਂ ਅੱਧਾ ਘੰਟਾ ਹੋਇਆ ਤੁਸੀਂ 30 ਮਿੰਟ ਹੋਰ ਖਜਲ ਹੋਵੋ ਨਹੀਂ ਰਹਿਣਾ ਤੁਸੀਂ ਕਿਉਂ ਆਹੋ ਜਾਓ ਲਓ ਜੀ ਨਾਜ਼ਰੀਨ ਅੱਗੇ ਚੱਪੇ ਯਾਰ ਗਾਉਂ ਅੰਦਰ ਕੁੱਕੂ ਜੀ ਫੜੋ ਮੈਕ ਕੀ ਗੱਲ ਕਰਾਇ ਤੇ ਦੇਣਾ ਮੈਨੂੰ ਤੁਸੀਂ ਉਹ ਭਾਜੀ ਇੱਕ ਘੰਟਾ ਦੋਸਤ ਡੇਲੀ ਵਾਕ ਕਰ ਰਿਹਾ ਹਾਂਜੀ ਕੁੱਕੂ ਇੱਕ ਘੰਟਾ ਡੇਲੀ ਵਾਕ ਕਰ ਰਿਹਾ ਜੀ ਜੀ ਤੇ ਉਹ ਕਹਿੰਦਾ ਮੇਰੀ ਸਿਹਤ ਬਣਦੀ ਹੈ ਹੁਣ ਕੁੱਕੂ ਜੀ ਤੁਸੀਂ ਵਾਕ ਕਰੋਗੇ ਜਾਂ ਲੰਗਰ ਕਰੋਗੇ ਤਾਂ ਤੁਹਾਡੀ ਸਿਹਤ ਲੰਗਰ ਕਰੂੰਗਾ ਭਾਜੀ ਪਹਿਲਾਂ ਲੰਗਰ ਫੇਰ ਵਾਕ ਕੋਈ ਸਿਹਤ ਦਾ ਰਾਜ਼ ਇਹ ਆ ਨਾ ਇਹਨਾਂ ਦੀ ਖਾਣ ਨਾਲ ਸਿਹਤ ਬਣਨੀ ਨਾ ਵਾਕ ਕਰਨ ਨਾਲ ਹਾਂ ਇਹਨਾਂ ਦੀ ਕੁੱਟ ਖਾਣ ਨਾਲ ਸਿਹਤ ਬਣਨੀ ਕੁੱਕੂ ਜੀ ਤੁਹਾਡੀ ਸਿਹਤ ਬਣ ਸਕਦੀ ਉਹ ਕਿਦਾਂ ਭਾਜੀ ਤੁਸੀਂ ਪੰਸਾਰ ਦੀ ਦੁਕਾਨ ਤੇ ਜਾਣਾ ਉਹਨੂੰ ਕਹ ਮੈਨੂੰ ਡੇਢ ਸਟਾਂਗ ਸੁੰਡ ਦੇ ਦੇ ਉਹ ਭਾਈ ਸਰਦੀਆਂ ਚ ਖਾਈਦੀ ਆ ਸੁਣਦਾ ਵੀਰ ਭਾਜੀ ਹਲੇ ਮੈਂ ਤੈਨੂੰ ਦੱਸਦਾ ਹਲੇ ਮਹੀਨਾ ਫਰਵਰੀ ਦਾ ਮਹੀਨਾ ਜਾ ਰਿਹਾ ਤੁਹਾਡੀ ਸਿਹਤ ਬਣ ਜਾਏਗੀ ਅੱਛਾ ਤੁਸੀਂ ਸੁੰਡ ਲੈ ਕੇ ਵਿੱਚ ਚਾਰ ਡੱਡੂ ਪਾ ਲੈਣੇ ਉਹ ਭਾਈ ਡੱਡੂਆਂ ਨੂੰ ਛੋਟੇ ਛੋਟੇ ਕਰ ਲੈਣਾ ਛੋਟੇ ਛੋਟੇ ਡੱਡੂ ਕਰਨ ਤੋਂ ਬਾਅਦ ਖਰਗੋਸ਼ ਦਾ ਕੰਨ ਲੈਣਾ ਵਾ ਉਹਨਾਂ ਵਾਰਮਾ ਬਣਾ ਲਈਏ ਨਹੀਂ 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 ਉਹਦੇ ਨਾਲ ਹਲਾਉਣਾ ਤੁਸੀਂ ਅੱਛਾ ਉਹਦੇ ਕੰਨ ਨਾਲ ਹਲਾਉਣਾ ਹਲਾ ਕੇ ਤੁਸੀਂ ਬੜਾ ਸੋਹਣਾ ਦੋ ਚਮਚੀਆਂ ਪਾਉਣੀਆਂ ਨਮਕ ਦੀਆਂ ਇੱਕ ਚਮਚੀ ਹਲਦੀ ਪਾਉਣੀ ਆ ਗੁੜ ਦੀ ਪੇਸੀ ਪਾ ਲੈਣੀ ਆ ਜਦੋਂ ਸਾਰੀਆਂ ਚੀਜ਼ਾਂ ਮਿਕਸ ਹੋ ਜਾਣ ਇਹ ਤੁਸੀਂ ਆਪਣੇ ਸਿਰ 'ਚ ਪਾ ਕੇ ਗਲੀ 'ਚ ਆ ਜਾਣਾ ਜਦ ਦੇਖਿਓ ਤੁਹਾਡੀ ਸਿਹਤ ਬਣਦੀ ਆ ਜਾਓ ਵੈਰੀ ਗੁੱਡ ਯਾਰ ਤੇਰਾ ਨੁਕਸਾ ਬਹੁਤ ਸਿਹਤ ਵਾਲਾ ਨਾਜ਼ਰੀਨ ਮੈਂ ਤੈਨੂੰ ਪਤਾ ਕਿ ਉਹ ਦੋਸਤ ਹਵਾਬ ਜ਼ਿੰਦਗੀ 'ਚ ਯਾਦ ਕਰਨਗੇ ਜੀ ਸੋਨੀ ਭਾਈ ਦੇ ਨੁਕਸੇ ਕਮਾਲ ਦੇ ਕੀ ਲਾ ਜਾਣਾ ਇੱਥੋਂ ਕੁਛ ਨਹੀਂ ਕੁਛ ਨਹੀਂ ਆ ਦੇਖੋ ਕੱਖ ਵੀ ਨਹੀਂ ਲੈ ਕੇ ਜਾਣ ਵਾਲਾ ਹੈ ਹੀ ਕੱਖ ਨਹੀਂ ਜਾਣ ਵਾਲਾ ਭਾਜੀ ਪੱਲੇ ਹੀ ਹੈ ਨਹੀਂ ਕੁਛ ਉਹਦੇ ਕੀ ਲੈ ਕੇ ਜਾਣਾ ਤੇ ਬਾਕੀ ਇਹ ਹੈ ਕਿ ਤੁਹਾਨੂੰ ਮੈਂ ਵਿਜ਼ਿਟ ਕਰਾਉਣਾ ਵਾ ਭਾਈ ਸੋਨੀ ਹਾਂਜੀ ਯਾਰ ਇੱਕ ਕੰਮ ਕਰੋ ਦੱਸੋ ਦੱਸੋ ਚਲੋ ਪਹਿਲਾਂ ਕੰਮ ਕਰਕੇ ਆਈ ਆਹੋ ਨਹੀਂ ਓ ਨਹੀਂ ਓਏ ਭਾਈ ਸੋਨੀ ਪੌਣਾ ਘੰਟਾ ਹੋ ਗਿਆ ਅਸੀਂ ਇਹਦੀ ਸ਼ਕਲ ਹੀ ਦਿਖਾਈ ਜਾਂਦੇ ਯਾਰ ਕਿਉਂ ਨਾ ਆਪਾਂ ਆਪਣੀ ਦਿਖਾਈਏ ਜੋ ਕਿਸੇ ਹੋਰ ਦੀ ਦਿਖਾਈਏ ਆ ਗਲੀ ਚ ਲੈ ਜਾਣ ਉਹਨੂੰ ਨਹੀਂ 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 ਨਾਜ਼ਰੀਨ ਕੁੱਕੂ ਸਾਹਿਬ ਤੁਹਾਨੂੰ ਪਤਾ ਵਾ ਦੇਖੋ ਪੁਰਾਣੀ ਬਾਂਸਰੀ ਵਰਗਾ ਮੂੰਹ ਆ ਵੈਰੀ ਗੁੱਡ ਇਨਸਾਨ ਨੇ ਕੁੱਕੂ ਜੀ ਤੁਸੀਂ ਕੋ ਰਾਜੇ ਨੂੰ ਕੁਝ ਕਹਿਣਾ ਚਾਹੁੰਦੇ ਹੋ ਜ਼ਿੰਦਗੀ 'ਚ ਦੇਖਤਾ ਸਹੀ ਕਲਮਾਂ ਦੇ ਬਾਸ ਬਣਾਈ ਫਿਰਦਾ ਇੰਜ ਲੱਗਦਾ ਵਾ ਵਾਲਾਂ ਦਾ ਟੈਂਟ ਲਾਇਆ ਹੁੰਦਾ ਅੱਲਾ ਮਾਫੀ ਦੇਵੇ ਕੀ ਹੋ ਗਈ ਜੇ ਰਾਜਾ ਤੈਨੂੰ ਕਿੱਦਾਂ ਦੀਆਂ ਕਟੀਆਂ ਕਰਾਉਣ ਲੱਗ ਗਿਆ ਯਾਰ ਸਹੀ ਨਹੀਂ ਇਹ ਜ਼ੁਲਫ ਕਿਦਰਾ ਇਹ ਦੇਖੋ ਨਾ ਨਾਜ਼ਰੀਨ ਰਾਜੇ ਦੀ ਜ਼ੁਲਫ ਪੂਰੀ ਮੈਜਿਕ ਸ਼ੋਅ ਵਾਲੀ ਹੈ ਲੇਕਿਨ ਮਿਹਨਤੀ ਆਦਮੀ ਹੈ ਔਰ ਬੜੀ ਜਲਦੀ ਤੁਹਾਨੂੰ ਖੁਸ਼ਖਬਰੀ ਮਿਲੇਗੀ ਕਿਉਂਕਿ ਰਾਜਾ ਜੇਲ੍ਹ 'ਚ ਜਾ ਰਿਹਾ ਹੈ ਉੱਥੇ ਇੱਕ ਦੋਸਤ ਦੀ ਰੋਟੀ ਲੈ ਕੇ ਜਾ ਰਿਹਾ ਜੇਲ੍ਹ 'ਚ ਨਹੀਂ ਉਹ ਸ਼ਾਦੀ ਆ ਉੱਥੇ ਆ ਸ਼ਾਦੀ ਜੇਲ੍ਹ 'ਚ ਰੱਖੀ ਜਿਹੜੇ ਤੇਰਾ ਮਾਮਾ ਉੱਥੇ ਗਿਆ ਦਾ ਉਹ ਜੇਲ੍ਹ ਮਾਰ ਕੀ ਬੋਕਰ ਆਈ ਨਾਜ਼ਰੀ ਨਾਲ ਅੱਛਾ ਭਾਜੀ ਜੇਲ੍ਹ ਮਾਰ ਕੀ ਨਹੀਂ ਲੈ ਜੇਲ੍ਹ ਮਾਰ ਕੀ ਕਿੰਨੇ ਬੰਦੇ ਦਾ ਇੰਤਜ਼ਾਮ ਆ ਸੋਣੀ ਸਾਹਿਬ ਇੰਤਜ਼ਾਮ ਉੱਥੇ ਭਾਈ ਐਸਐਚਓ ਨੇ ਕਰਨਾ ਜਿਹੜਾ ਇੱਧਰ ਦਿਖਾਓ ਜੀ ਹਾਂਜੀ ਵਲੌਗ ਬਣਾਉਣਾ ਮੈਂ ਸਿਖਾ ਰਿਹਾ ਜੀ ਇਹਨਾਂ ਨੂੰ ਦੱਸੋ ਦੱਸੋ ਔਰ ਜਲਦੀ ਅੱਛਾ ਜੀ ਔਰ ਤੁਹਾਨੂੰ ਖੁਸ਼ਖਬਰੀ ਦਾਂਗੇ ਰਾਜਾ ਜੀ ਇਹ ਦਿਖਾਓ ਜਰਾ ਬੈਗ ਐ ਨਾਜ਼ਰੀਨ ਜੀਲ ਸੈਫਲ ਮਲੂਕ ਤੂੰ ਤੇ ਮੂੰਹ ਭਰੇ ਕਰ ਲੈ ਤੂੰ ਭਰੇ ਕਰ ਕੀ ਗੱਲ ਆ ਇੱਧਰ ਤੇਰੇ ਕੱਪੜੇ ਸੁੱਕਣੇ ਪਏ ਆ ਇਸਮੇ ਲੜੀ ਜਾਣਾ ਜੀ ਇਹ ਨਾਜ਼ਰੀਨ ਜੀਲ ਸੈਫਲ ਮਲੂਕ ਹਾਂ ਤੇ ਇਹਦਾ ਦੰਦਾ ਸਭ ਬਹੁਤ ਡੂੰਘੇ ਦਾ ਪੜ ਪਾਟਾ ਕੁੱਕੂ ਦਾ ਪਹੁੰਚਾ ਪਾਟਾ ਅੱਲਾ ਮੈਨੂੰ ਕੁੱਤਾ ਪੈ ਗਿਆ ਆ ਜਾ ਪਾਟਾ ਇੱਥੇ ਬਾਕੀ ਇਹ ਹੈ ਕਿ ਨਾਜ਼ਰੀਨ ਵਲੌਗ ਰਾਜਾ ਬਣਾ ਰਿਹਾ ਵਾ ਮਿਹਨਤ ਕਰ ਰਿਹਾ ਵਾ ਹਿਲਾ ਰਿਹਾ ਉਹ ਕੈਮਰਾ ਹਿਲਾ ਰਿਹਾ ਅੱਲਾ ਦੀ ਰਹਿਮਤ ਨਾਲ ਤੂੰ ਰਾਜਾ ਜੀ ਕਿਤੇ ਕੰਮ ਸਿੱਧਾ ਵੀ ਕਰੋ ਇੱਕ ਮਿੰਟ ਠਹਿਰੋ ਇਹ ਐ ਇੱਧਰ ਆਓ ਜਰਾ ਤੁਸੀਂ ਮੇਰੇ ਨਾਲ ਐ ਦੇਖੋ ਇੱਥੇ ਠੀਕ ਐ ਨਾਜ਼ਰੀਨ ਦੇਖੋ ਦੋਵੇਂ ਬੁੱਗੇ ਤੋ ਵਾਹ ਕੀ ਹੋ ਗਿਆ ਤੋ ਬਾਦ ਆ ਹਾ ਹਾ ਭਾਈ ਸੋਣੀ ਜਰਾ ਇੱਥੇ ਫੜ ਕੇ ਰੱਖਿਓ ਮੈਂ ਜਰਾ ਥੋੜਾ ਜਿਹਾ ਹਾ ਹਾ ਮੇਰੇ ਮਾਲਕਾ ਉਹ ਨੇਫੇ ਚ ਬੰਬ ਚੱਲਿਆ ਹੁੰਦਾ ਤੂੰ ਤਾਂ ਚੁੱਪ ਕਰ ਸਿਰ ਵਾਹ ਸਹੀ ਕਰ ਕੁੱਕੂ ਜੀ ਉੱਧਰ ਦੇਖੋ ਜਰਾ ਆਏ ਹਾਏ ਹਾਏ ਭਾਈ ਸੋਣੀ ਵੈਸੇ ਸਕਿਨ ਠੀਕ ਆ ਭਾਈ ਸੋਣੀ ਤੁਸੀਂ ਮਾਸ਼ਾਅੱਲਾ ਮੇਰੇ ਨਾਲੋਂ ਜ਼ਿਆਦਾ ਨਹੀਂ ਪਿਆਰੇ ਲੱਗ ਰਹੇ ਨਹੀਂ ਨਹੀਂ ਰਾਜੇ ਤੂੰ ਖੂਬਸੂਰਤ ਲੱਗ ਰਿਹਾ ਮਾ ਆ ਦੇਖ ਦੇਖੋ ਬੇੜਾ ਘਰ ਕੋ ਆ ਪਿਆ ਸਾਡੀ ਗ੍ਰੇਸ ਮਾਰੀ ਪਈ ਆ ਗ੍ਰੇਸ ਤੁਹਾਡੀ ਤਾਂ ਹੈ ਹੀ ਨਹੀਂ ਲਓ ਜੀ ਨਾਜ਼ਰੀਨ ਵਿਜ਼ਿਟ ਹੋ ਰਹੇ ਨੇ ਤੇ ਕੁੱਕੂ ਰਾਜਾ ਮੇਰੇ ਨਾਲ ਆ ਹਾਂਜੀ ਹਾਂਜੀ ਤੇ ਪੂਰਾ ਇਸ ਟਾਈਮ ਇਹ 117ਵਾਂ ਚੱਕਰ ਹੈ ਇਸ ਗਰਾਊਂਡ ਦਾ ਹਾਂਜੀ ਹਾਂਜੀ ਅੱਜ ਰੋਟੀ ਜ਼ਿਆਦਾ ਖਾ ਲਈ ਨਾ ਤਿੰਨਾਂ ਨੇ ਹਾਂਜੀ ਜਦੋਂ ਦੀ ਬਣੀ ਹੈ ਜੀ ਹਾਂਜੀ 100 ਬਣੀ ਕੀ ਆ 118ਵਾਂ ਚੱਕਰ ਕੁੱਕੂ ਦਾ ਜੀ ਹਾਂ
ਚੂਹੇ ਦਾ ਲਾਸਟ ਕੱਢਿਆ ਆ ਜਾਓ ਨਾਜ਼ਰੀਨ ਆ ਜਾਓ ਸੱਟ ਲੱਗੀ ਪੁਰਾਣੇ ਬੰਦੇ ਦੀ ਧੋਤੀ ਧੋਤੀ ਹੁੰਦੀ ਚੁੱਪ ਕਰਕੇ ਤੂੰ ਤੁਰਿਆ ਚੱਲ ਪੁਰਾਣੇ ਬੰਦੇ ਦੀ ਧੋਤੀ ਧੋਤੀ ਹੁੰਦੀ ਤੇ ਧੋਤੀ ਧੋਤੀ ਹੁੰਦੀ ਆ ਅਸੀਂ ਵੀ ਕਦੋਂ ਕਹਿੰਦੇ ਵੀ ਧੋਤੀ ਆ ਧੋਤੀ ਧੋਤੀ ਹੁੰਦੀ ਆ ਉਹ ਕਿਹੜਾ ਧੋਤੀ ਕੱਚਾ ਹੁੰਦਾ ਕਿਤੇ ਨਹੀਂ ਯਾਰ ਭਾਈ ਧੋਤੀ ਹੁੰਦੀ ਆ ਲਓ ਜੀ ਇੱਕ ਦਫਾ ਫੇਰ ਆ ਜਾਓ ਨਾ ਇੱਥੇ ਬਹਿ ਜੀ ਇਧਰਾ ਆ ਜਾਓ ਵੀ ਦੋਸਤੋ ਬਬੋ ਇੱਥੇ ਆਏ ਹਾਏ ਹਾਏ ਭਾਈ ਸੋਨੀ ਮੈਂ ਤੇ ਨਾ ਬਹਿ ਨਹੀਂ ਸਕਦਾ ਉਹਦੀ ਕੀ ਵਜ੍ਹਾ ਇੱਧਰ ਕਿਹੜਾ ਸੀਟ ਹੈ ਨਹੀਂ ਇੱਧਰ ਆ ਜਾ ਸੌਂਦੀ ਮੈਂ ਤੇਰਾ ਖੜ ਕੇ ਗੱਲ ਉਹਨੂੰ ਛਡੋਂਗੇ ਚ ਪਾਇਆ ਜਾ ਤੇਰੀ ਲੱਤ ਸੌਂਦੀ ਹੈ ਫਿਲਟਰ ਦੇ ਦੇ ਉਹਨੂੰ ਆਲਾ ਦੇ ਦੇ ਨੂੰ ਫਿਲਟਰ ਐਵੇਂ ਅੱਛਾ ਮੈਨੂੰ ਦੱਸ ਤੇਰੀ ਲੱਤ ਸੌਂਦੀ ਹੈ ਭਾਜੀ ਹਾਂਜੀ ਤੇ ਅੱਛੀ ਗੱਲ ਹੈ ਖੁਦਾ ਦੇ ਬੰਦੇ ਇੱਥੇ ਨੀਂਦ ਨਹੀਂ ਆਉਂਦੀ ਮੱਛਰ ਦੀ ਵਜ੍ਹਾ ਨਾਲ ਤੇਰੀ ਲੱਤ ਸੌਂਦੀ ਖੁਸ਼ਕਿਸਮਤ ਆ ਚਲੋ ਨਹੀਂ ਯਾਰ ਤੇਰੇ ਕੋ ਤੇ ਅਗਲੀ ਗੱਲ ਹੀ ਹੁੰਦੀ ਹੈ ਅੱਛਾ ਲੱਤ ਤੇਰੀ ਜਦੋਂ ਸੌਂਦੀ ਹੈ ਪੱਖਾ ਲਾ ਕੇ ਸੌਂਦੀ ਕਿ ਬਗੈਰ ਪੱਖੇ ਤੋਂ ਭਾਜੀ ਨਹੀਂ ਐਡਾ ਕੋਈ ਮਸਲਾ ਨਹੀਂ ਮੈਂ ਤਾਂ ਵੈਸੇ ਕਹਿ ਕੇ ਫਸ ਗਿਆ ਤੁਹਾਨੂੰ ਅੱਛਾ ਜੀ ਲਓ ਨਾਜ਼ਰੀ ਮੇਰੇ ਆਲੇ ਦੁਆਲੇ ਪੂਲ ਚੂਰ ਜਮਾ ਹੋ ਗਿਆ ਇੰਜ ਲੱਗਦਾ ਮੈਂ ਪੋਲੀਓ ਦੇ ਕਤਰੇ ਲੈ ਆਇਆ ਬੇਟੇ ਮੇ ਨਿਆਣੇ ਐਨਕਾਂ ਲਾਈ ਫਿਰਦੇ ਆ ਲੱਗਦਾ ਬਸ ਵੈਸਪੇ ਤੇ ਆ ਰਿਹਾ ਨਾਜ਼ਰੀ ਨਾ ਬੱਚੇ ਮੈਂ ਤੁਹਾਨੂੰ ਦਿਖਾ ਰਿਹਾ ਇਹ ਬੱਚਾ ਦੁਆ ਮੰਗ ਰਿਹਾ ਵਾ ਐ ਵੈਰੀ ਗੁੱਡ ਐ ਸਾਰੇ ਮੇਰੇ ਬਹੁਤ ਪਿਆਰੇ ਦੋਸਤ ਵੈਰੀ ਗੁੱਡ ਹਾਲ ਆ ਦੇਖੋ ਯਾਰ ਸੋਹਣੀ ਸਾਹਿਬ ਅੱਛਾ ਲਓ ਨਾਜ਼ਰੀ ਨਾ ਬੱਚੇ ਨਾਲ ਡਿਸਕਸ ਕਰਦੇ ਆ ਇਹ ਬੱਚੇ ਕੋ ਪੁੱਛਦੇ ਆ ਇੱਧਰ ਪੁੱਤਰ ਧਿਆਨ ਦੇਖ ਇਹ ਚਾਚੂ ਕੈਸਾ ਲੱਗ ਰਿਹਾ ਤੈਨੂੰ ਕੁੱਕੂ ਦੇ ਹਵਾਲੇ ਨਾਲ ਕੁੱਕੂ ਕੈਸਾ ਲੱਗ ਰਿਹਾ ਤੈਨੂੰ ਇਹ ਮੈਕ 'ਚ ਦੱਸਣਾ ਤੇਰਾ ਕੁੱਕੂ ਤਾਂ ਹੈ ਜਿਵੇਂ ਪੰਜ ਮੂੰਹ ਵਾਲੀ ਬੱਕਰੀ ਹੁੰਦੀ ਨਹੀਂ ਨਹੀਂ ਪੁੱਤ ਵੈਸੇ ਇੱਦਾਂ ਤੈਨੂੰ ਦੇਖਣ 'ਚ ਕੈਸਾ ਲੱਗ ਰਿਹਾ ਹਬਸ਼ੀ ਦੀ ਪਤਾਇਸ਼ ਲੱਗ ਰਹੀ ਮੈਨੂੰ ਇਹ ਤੈਨੂੰ ਇੰਨੀ ਵਾਰੀ ਲੱਗਦੀ ਹੈ ਕੀ ਗੱਲ ਕਿਤੇ ਹਬਸ਼ ਦੇ ਮੁਲਕ 'ਚ ਰਹਿੰਦਾ ਤੂੰ ਮੈਂ ਹੀ ਲੱਗੀ ਜਾਂਦਾ ਕੁੱਕੂ ਜੀ ਨਹੀਂ ਬੱਚੇ ਆਹ ਗੱਲ ਸੁਣ ਅਸੀਂ ਛੱਡੋ ਛੱਡੋ ਅੱਛਾ ਮੈਨੂੰ ਇਹ ਦੱਸ ਪੁੱਤ ਚਾਚੂ ਤੇਰੇ ਜਾ ਰਹੇ ਕੱਲ੍ਹ ਅਮਰੀਕਾ ਹਾਂ ਹਾਂਜੀ ਤੇ ਇਹਨਾਂ ਨੂੰ ਕੁਛ ਮਸ਼ਵਰਾ ਦੇਣਾ ਚਾਹੁੰਦਾ ਕੁਛ ਮੰਗਾਉਣਾ ਉੱਥੋਂ ਦੱਸ ਹੈਂ ਮੰਗਾਉਣਾ ਕੁਛ ਉੱਥੋਂ ਨਹੀਂ ਮੈਂ ਕੀ ਮੰਗਾਉਣਾ ਤੂੰ ਆਪਣੇ ਵਰਗਾ ਕੇ ਕਹੋ ਨਾ ਲੈ ਇੱਥੇ ਨਾਜ਼ਰੀਨਾ ਕੁੱਕੂ ਦਾ ਪੁੱਗਾ ਓਏ ਓਏ ਤੇ ਬਾਕੀ ਨਾਜ਼ਰੀਨਾ ਕਾ ਸਾਡੇ ਕੋਲ ਨਹੀਂ 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 ਰਹਿਣ ਦੋ ਇਹ ਕੁੱਕੂ ਦਾ ਨਾਜ਼ਰੀਨਾ ਕੁੱਕੂ ਤੋਂ 4 ਸਾਲ ਦਾ ਸੀ ਉਦੋਂ ਦਾ ਅੱਛਾ ਗੱਲ ਸੁਣ ਉਹ ਤਾਂ ਕੁੱਕੂ ਕਹਿੰਦਾ ਮੈਂ ਕੱਲ੍ਹ ਇੰਡੀਆ ਜਾਣਾ ਹੈ ਜਾਣਾ ਚਾਹੀਦਾ ਇਹਨੂੰ ਇੰਡੀਆ ਨਹੀਂ ਇੰਡੀਆ ਨਹੀਂ ਇਹਨੂੰ ਇੰਗਲੈਂਡ ਜਾਣਾ ਚਾਹੀਦਾ ਉਹਦੇ ਨਾਲ ਦੇ ਇੱਥੇ ਰਹਿੰਦੇ ਬੜੇ ਉੱਥੇ ਚੱਲ ਇਹਨਾਂ ਸ਼ੁਕਰਾਵਾ ਇਹਨੇ ਇੰਗਲੈਂਡ ਦਾ ਕਿਹਾ ਅੱਛਾ ਕੁੱਕੂ ਕਹਿੰਦਾ ਮੈਂ ਜਹਾਜ਼ ਲੈ ਲੈਣਾ ਆਪਣਾ ਕੀ ਕਹਿ ਰਹੇ ਹੋ ਤੁਸੀਂ ਇਹਦੇ ਬਾਰੇ ਲੈ ਜਹਾਜ਼ ਇਹਨੂੰ ਖੋਤਾ ਰੇੜੀ ਲੈ ਕੇ ਦੇ ਖੋਤਾ ਰੇੜੀ ਕੀ ਕਰੂਗਾ ਇਹ ਖੋਤਾ ਦੀ ਲਾਸ਼ ਢੋਣੀਆਂ ਨਾਜ਼ਰੀਨ ਕੁੱਕੂ ਖਾਈ ਖਾ ਗਿਆ ਆ ਵੀ ਤੂੰ ਉਹਨੂੰ ਪੁੱਛੇ ਖੋਤਾ ਰੇੜੀ ਕੀ ਕਰ ਰਹੀ ਆ ਤੇਰੀ ਲਾਸ਼ ਢੋਣੀਆਂ ਅੱਛਾ ਅੱਛਾ ਪੁੱਤ ਕੁੱਕੂ ਕਹਿੰਦਾ ਵੀ ਮੈਂ ਖੋਤਾ ਰੇੜੀ ਕਹਿੰਦਾ ਮੈਂ 1-5 ਲੈਣਾ 1-5 ਤੇ ਕੈਸਾ ਲੱਗੇਗਾ ਇਹ ਹਬਸ਼ੀ ਤੇਰੀ ਰਿਸ਼ਤੇਦਾਰੀ ਆ ਹਬਸ਼ੀਆਂ ਨਾਲ ਹਬਸ਼ੀ ਤੇ ਬਾਕੀ ਕੁੱਕੂ ਕਹਿੰਦਾ ਮੈਨੂੰ ਕੱਲ ਨੂੰ ਨਾ 5 ਕਰੋੜ ਰੁਪਇਆ ਮਿਲਣਾ ਮੈਨੂੰ ਘਰੋਂ ਇਹ ਕੀ ਕਰੇਗਾ 5 ਕਰੋੜ ਮੈਨੂੰ 5 ਰੁਪਈਏ ਨਹੀਂ ਲੱਗਦੇ ਇਹਨੂੰ ਮਿਲਦੇ ਘਰੋਂ ਉਹ ਪੁੱਤ ਇਹ ਸਕੂਲ ਜਾਂਦਾ ਵਾ ਨਾਲ ਬਰਗਰ ਪੀਜ਼ੇ ਬਸਤੇ ਚ ਪਾ ਕੇ ਲਿਜਾਂਦਾ ਵਾ ਹਾਂਜੀ ਤੇ ਤੈਨੂੰ ਲੱਗਦੀ ਨਹੀਂ ਵੀ ਖਾਂਦਾ ਹੋਏਗਾ ਪੀਜ਼ੇ ਕੀ ਖਾਂਦਾ ਹੋਏਗਾ ਮੈਨੂੰ ਤਾਂ ਰੋਟੀ ਰੋਟੀ ਨਹੀਂ ਖਾਂਦਾ ਹੈ ਉਹ ਖਾਂਦਾ ਪੁੱਤ ਰੋਟੀਆਂ ਤਾਂ 5-5 ਖਾਂਦਾ ਵਾ ਮਾਸ਼ਾਅੱਲਾ ਸਿਹਤ ਤਾਂ ਇਹ ਨਹੀਂ ਹੈਗੀ ਲੱਗਦਾ ਫੇਰ ਵੀ ਅਗਲਾ ਕੰਨੂ ਮੈਂ ਸਦਕਾ ਦੇ ਰਿਹਾ ਵਾਂ 2 ਵਿਹੜੇ ਤੇ 1 ਕੱਟਾ ਤੂੰ ਸਦਕਾ ਦੇ ਰਿਹਾ ਵਾਂ ਤੂੰ ਮਾਇਆ ਮਸਰ ਆਪਣੇ ਤੋਂ ਵਾਰ ਕੇ ਨਾ ਸੁੱਟ ਦਿਆ ਕਰਕੇ ਮਾਇਆ ਮਸਰ ਹਾਂਜੀ ਪਾਇਆ ਮਸਰ ਸੋਣੀ ਇਹ ਵੀ ਤੇਰੇ ਤੇ ਗਿਆ ਕੋਈ ਨਹੀਂ ਨਿਆਣੇ ਲੇਕਿਨ ਨਾਜ਼ਰੀਨ ਨਾ ਬੱਚਾ ਕੁੱਕੂ ਨਾ ਭਾਈ ਦੱਸ ਰਿਹਾ ਵੀ ਕੁੱਕੂ ਬਹੁਤ ਮਜ਼ਾਕ ਕਰਾਇਆ ਨਾਜ਼ਰੀਨ ਬਹੁਤ ਮਜ਼ਾਕ ਕਰਾਇਆ ਬੱਚੇ ਅੱਛਾ ਪੁੱਤ ਕੁੱਕੂ ਸਾਹਿਬ ਕਹਿੰਦਾ ਮੇਰੀ ਸਿਹਤ ਨਹੀਂ ਬਣੀ ਤੇ ਕਿੱਦਾਂ ਬਣਨੀ ਚਾਹੀਦੀ ਕੀ ਖਾਣ ਇਹ ਠੁੱਡੇ ਖਾਇਆ ਕਰ ਉਹ ਨਾ ਕੁੱਕੂ ਨਾਰਾਜ਼ ਹੋ ਗਿਆ ਪੁੱਤੋਂ ਨਾਰਾਜ਼ ਹੋ ਗਿਆ ਵਾ ਇਹ ਕਿਹੜਾ ਮੇਰਾ ਖਾਲੂ ਲੱਗਦਾ ਨਾਰਾਜ਼ ਹੋਏ ਅੱਛਾ ਜੀ ਤੈਨੂੰ ਕੋਈ ਪਰਵਾਹ ਨਹੀਂ ਨਹੀਂ ਮੈਨੂੰ ਕਾਹਦੀ ਪਰਵਾਹ ਮੇਰੀ ਫੁੱਫੀ ਦਾ ਪੁੱਤ ਹੈ ਔਰ ਨਾਜ਼ਰੀਨ ਦਾ ਕਸਿੰਦੋਂ ਵੀ ਪਲੇਅਰ ਆ ਗਿਆ ਅੱਛਾ ਤੇਰਾ ਨਾਂ ਕੀ ਹੈ ਹੀਰੋ ਮੇਰਾ ਸਾਹਿਲ ਲਓ ਜੀ ਸਾਹਿਲ ਬਾਸ ਬਹੁਤ ਪਿਆਰਾ ਬੱਚਾ ਔਰ ਕੰਫੀਡੈਂਸ ਲੈਵਲ ਬਹੁਤ ਅਪ ਹੈ ਤੇ ਕੁੱਕੂ ਸਾਹਿਬ ਨੇ ਉਹਨੇ ਬਹੁਤ ਮੁਹੱਬਤ ਕੀਤੀ ਆ ਉਹ ਤਾਂ ਅਗਰ ਤੈਨੂੰ ਮੈਂ ਕੁੱਕੂ ਧਾਰਾ ਦੇਣਾ 2 ਦਿਨ ਵਾਸਤੇ ਕੀ ਕਰੇਗਾ ਕੋਈ ਨਹੀਂ ਇਹਨੂੰ ਨਾਂ ਦਿਓ ਮੈਨੂੰ ਨਹੀਂ ਚਾਹੀਦਾ ਕੁੱਕੂ ਕਿਉਂ ਇਹ ਕੁੱਕੂ ਦਾ ਨਾਮ ਕਿਹਨੇ ਰੱਖਿਆ ਜੀ ਇਹਨੇ ਨਹੀਂ ਰੱਖਿਆ ਇਹ ਘਰਦਿਆਂ ਨੇ ਰੱਖਿਆ ਵਾ ਇਹ ਘਰਦਿਆਂ ਨੇ ਰੱਖਿਆ ਕਿ ਤੂੰ ਹੀ ਰੱਖਿਆ ਵਾ ਨਹੀਂ ਪੋਤੇ ਕੁੱਕੂ ਤੰਗ ਤੇ ਬਾਜਰਾ ਖਾਣ ਲੱਗਾ ਸ਼ਨਾਖਤੀ ਕਾਰਡ ਬਣਾਉਣਾ ਇੰਨੀ ਤਫਸੀਲ 'ਚ ਪਿਆ ਹੋਇਆ ਵਾ ਹੈ ਚੱਲ ਪੁੱਤ ਨਹੀਂ ਮੈਂ ਤੇਰੀ ਸਿਹਤ ਦੇ ਕੇ ਕਿਹਾ ਨਾ ਕੁੱਕੂ ਨਾਮ ਕਿਹਨੇ ਰੱਖਿਆ ਸਰਫ ਲੈ ਤੇ ਆ ਕੋਟੀ ਵੀ ਧਵਾ ਕੋਈ ਨਹੀਂ ਮੈਂ ਜੁਮੇ ਵਾਲੇ ਦਿਨ ਦੀ ਧੋਈ ਪਾ ਹੈ ਤਾਜ਼ੀ ਕੁੱਲੀ 'ਚ ਨਿਕਲ ਕੇ ਆਇਆ ਦੇਖ ਨਾ ਬੂਟ ਬੰਨੇ ਹੁੰਦੇ ਮਾਸ਼ਾਅੱਲਾ
बचे का मजा लिया कुकू का पता लिया बीमार ठमार रहा बेचारा देखो अच्छा इंज लग रहा जिम्मे सीख होंगी क्या सीख होंगी है और कोई मैसेज देना चाहना कुकू चाचू नु जा कटेंगे नहीं अच्छी क्यों जराब कटी हुंदी तू हैं अपनी देख लग रही है मेरे हैं कैसी लग रही बहुत बुरी लग रही है पोते बहुत महंगी है ये हां जी लग रही मैं 2-3 रुपए दी ओ नहीं कहंदा मैं 40,000 दी लई कुकू कहंदा 40,000 दी लई है 40 रुपए दी लई है और 40 रुपए दी नहीं है 40,000 दी अच्छा पंजवी दे वास्ते है लो जी नाजरीन बच्चे वास्ते पहले तो क्लैप कीती है वेरी गुड हाँ जी इंशाल्लाह अगले ब्लॉग फिर तुम्हारा मुलाकात होगी देखते रहो सोनी ऑफिशियल देखते रहो तो कुकू वाल भी देखते रहो कुकू वाल भी देखते रहो सेहत बहुत माठी है ना देखे